ਸਾਈਕਲ ਦੇ ਉੱਤੇ ਪਹਿਲੋਂ ਸ਼ੁਰੂ ਅਸੀਂ ਕੀਤਾ ਸੀ ਅਨੰਦਪੁਰ ਸਾਹਿਬ ਤੋਂ ਹੋਲੇ ਮਹੱਲੇ ਵਾਸਤੇ ਮੱਥਾ ਟੇਕਣ ਅਸੀਂ ਗਏ ਸੀ ਅਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਗਏ ਫਿਰ ਡਲਹੌਜ਼ੀ ਅਸੀਂ ਪਹਾੜਾਂ ਦਾ ਥੋੜ੍ਹਾ ਜਿਹਾ ਕਿਉਂਕਿ ਪਹਾੜਾਂ ਨਾਲ ਲਗਾਇਆ ਕਾਫੀ ਮਲੇਸ਼ੀਆ ਸ਼੍ਰੀਲੰਕਾ ਵੀ ਤੁਸੀਂ ਹੋ ਕੇ ਆਏ ਹਾਂਜੀ ਹਾਂ 10-8 ਕੁ ਦਿਨਾਂ ਦਾ ਸ਼੍ਰੀਲੰਕਾ ਦਾ ਟੂਰ ਕੀਤਾ ਸੀਗਾ ਸਾਈਕਲ 'ਤੇ ਜਦੋਂ ਅਸੀਂ ਕਸ਼ਮੀਰ ਤੋਂ ਕੰਨਿਆਕੁਮਾਰੀ ਫਿਰ 8 ਕੁ ਦਿਨ ਅਸੀਂ ਸ਼੍ਰੀਲੰਕਾ ਦੇ ਵਿੱਚ ਸਾਈਕਲ ਤਾਂ ਦਿੱਕਤ ਨਹੀਂ ਆਉਂਦੀ ਹੈਗੀ ਸਾਈਕਲ ਦੀ ਕਿਉਂਕਿ ਪਹਾੜ ਹੁੰਦੇ ਆ ਕਈ ਪਹਾੜ ਤਾਂ ਉੱਥੇ ਟੁੱਟੇ ਵੀ ਹੁੰਦੇ ਆ ਤਾਂ ਸਾਈਕਲ ਦੇ ਉੱਪਰ ਦਿੱਕਤ ਨਹੀਂ ਆਉਂਦੀ ਸਲੋ ਪੈਡਲਿੰਗ ਜਦੋਂ ਅਸੀਂ ਪਹਿਲਾਂ ਦਿਮਾਗੀ ਤੌਰ 'ਤੇ ਸਾਨੂੰ ਪਤਾ ਹੋਵੇ ਵੀ ਅਸੀਂ ਕੋਈ ਮੁਸ਼ਕਿਲ ਕੰਮ ਕਰਨਾ ਹੈ ਅਤੇ ਸਾਨੂੰ ਪਤਾ ਹੁੰਦਾ ਕਿ ਇਹਦੇ 'ਚ ਕੀ ਸਮੱਸਿਆਵਾਂ ਪਹਿਲੇ 'ਚ ਅਤੇ ਜਦੋਂ ਘਰੋਂ ਜਾਵਾਂਗੇ ਸਮੱਸਿਆਵਾਂ ਆਉਣੀਆਂ ਹੀ ਨੇ ਪਰ ਇਹੋ ਜਿਹੀ ਕਦੀ ਕੋਈ ਸਮੱਸਿਆ ਨਹੀਂ ਵੀ ਜਿਹਦੇ ਤੋਂ ਐਂ ਲੱਗਦਾ ਹੋਵੇ ਵੀ ਪੰਗਾ ਲੈ ਜਾ ਸ਼੍ਰੀਨਗਰ ਤੋਂ ਲੇਹ ਅਤੇ ਲੇਹ ਤੋਂ ਮਨਾਲੀ ਜਿਹੜੀ ਲੇਹ ਤੋਂ ਮਨਾਲੀ ਉਹ ਸੈਕਿੰਡ ਹਾਈਐਸਟ ਰੋਡ ਆ ਦੁਨੀਆ ਦੇ ਵਿੱਚ ਅਤੇ ਉਹ ਅਸੀਂ ਕੀਤੀ ਬਹੁਤ ਸ਼ਾਨਦਾਰ ਰਿਹਾ ਉਹ ਅਤੇ ਬਹੁਤ ਯਾਦਗਾਰੀ ਵੀ ਰਿਹਾ ਜਦੋਂ ਅਸੀਂ ਸਾਈਕਲ 'ਤੇ ਜਾਂਦੇ ਹਾਂ ਤਾਂ ਬਹੁਤ ਹੌਲੀ ਜਾਣਾ ਪੈਂਦਾ ਹੌਲੀ ਜਾਂਦੇ ਹਾਂ ਤਾਂ ਫਿਰ ਪਿੰਡਾਂ ਦੇ ਵਿੱਚ ਰੁਕਦੇ ਹਾਂ ਕਾਫੀ ਲੋਕਲ ਲੋਕਾਂ ਨੂੰ ਮਿਲਦੇ ਹਾਂ ਉਹਦੇ ਨਾਲ ਅਸਲ 'ਚ ਸਾਨੂੰ ਅੱਡ ਅੱਡ ਥਾਵਾਂ ਦਾ ਸੱਭਿਆਚਾਰ ਉੱਥੋਂ ਹੀ ਪਤਾ ਲੱਗਦਾ ਫਿਰੋਜ਼ਪੁਰ ਦੇ ਕਸਬਾ ਮੱਲਾਂ ਵਾਲਿਆਂ ਦੇ ਵਿੱਚ ਹਾਂ ਤਾਂ ਅੱਜ ਤੁਹਾਨੂੰ ਇੱਕ ਐਵੇਂ ਦੇ ਟੀਚਰ ਨਾਲ ਮਿਲਾਵਾਂਗੇ ਜਿਹੜਾ ਜਿਨ੍ਹਾਂ ਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਉਹ ਸਾਈਕਲ ਦੇ ਉੱਪਰ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਗਏ ਹੈ ਤਾਂ ਹੋਰ ਕਈ ਥਾਵਾਂ ਦੇ ਉੱਪਰ ਗਏ ਹੈਗੇ ਹੈ ਤਾਂ ਰੂਬਰੂ ਕਰਾਉਣੇ ਹੈਗੇ ਹਾਂ ਤੁਹਾਨੂੰ ਨਿਰਮਲ ਸਿੰਘ ਹੋਰਾਂ ਦੇ ਨਾਲ ਟੀਚਰ ਵੀ ਨੇ ਪਹਿਲੇ ਆਰਮੀ ਦੇ ਵਿੱਚ ਵੀ ਹੈਗੇ ਸੀਗੇ ਤਾਂ ਉਸ ਤੋਂ ਕੋਈ ਹਾਦਸਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਉਹ ਰਿਟਾਇਰ ਹੋ ਜਾਂਦੇ ਆ ਤਾਂ ਉਸ ਤੋਂ ਬਾਅਦ ਟੀਚਿੰਗ ਲਾਈਨ ਦੇ ਵਿੱਚ ਆ ਜਾਂਦੇ ਆ ਟੀਚਿੰਗ ਲਾਈਨ ਦੇ ਵਿੱਚ ਜਿੱਥੇ ਉਹ ਬੱਚਿਆਂ ਨੂੰ ਪੜ੍ਹਾਉਂਦੇ ਹੈਗੇ ਆ ਅਤੇ ਨਾਲ ਹੀ ਹੁਣ ਲੋਕਾਂ ਨੂੰ ਉਹ ਜਾਗਰੂਕ ਵੀ ਕਰ ਰਹੇ ਹੈਗੇ ਆ 2016 ਤੋਂ ਸਾਈਕਲਿੰਗ ਚਲਾ ਰਹੇ ਹੈਗੇ ਆ ਕਈ ਥਾਵਾਂ ਦੇ ਉੱਪਰ ਸਾਈਕਲ ਦੇ ਉੱਪਰ ਗਏ ਹੈਗੇ ਆ ਤਾਂ ਸਾਈਕਲ ਵੀ ਜਿਹੜਾ ਕਾਫੀ ਮਹਿੰਗਾ ਹੈਗਾ 1.5 ਲੱਖ ਰੁਪਏ ਦੇ ਕਰੀਬ ਜਿਹੜਾ ਸਾਈਕਲ ਹੀ ਹੈਗਾ ਤਾਂ ਹੀ ਅਸੀਂ ਕਹਿੰਦੇ ਹੈਗੇ ਹਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਤਾਂ ਨਿਰਮਲ ਸਿੰਘ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਜਾਣਦੇ ਹੈਗੇ ਆ ਨਿਰਮਲ ਸਿੰਘ ਜੀ ਸਕਰੋਲ ਪੰਜਾਬ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸ਼ੁਕਰੀਆ ਤਾਂ ਕਦੋਂ ਤੋਂ ਤੁਸੀਂ ਸਾਈਕਲਿੰਗ ਜਿਹੜੀ ਆ ਉਹ ਕਰ ਰਹੇ ਹੈਗੇ ਹੋ ਸਾਈਕਲਿੰਗ ਟਰੈਵਲਿੰਗ ਤਾਂ ਕਾਫੀ ਪੁਰਾਣਾ ਮੇਰਾ ਸ਼ੌਂਕ ਹੈ ਸਕੂਲ ਟਾਈਮ ਤੋਂ ਲੈ ਕੇ ਅਤੇ ਉਸ ਤੋਂ ਬਾਅਦ ਮੋਟਰਸਾਈਕਲ ਕਾਰ ਫਿਰ ਆਉਂਦਾ ਹੁੰਦਾ ਸਾਈਕਲ 'ਤੇ ਆ ਗਈ ਗੱਲ ਹੁਣ ਸਾਈਕਲਿੰਗ ਅਸੀਂ ਕਰ ਰਹੇ ਹਾਂ 2016 ਤੋਂ ਰੈਗੂਲਰ ਉਸ ਤੋਂ ਪਹਿਲਾਂ ਸਿਰਫ ਲੋਡ ਵਾਸਤੇ ਚਲਾਉਂਦੇ ਸੀ ਸ਼ੌਂਕ ਵਾਲਾ ਕੰਮ ਜਿਹੜਾ 2016 ਤੋਂ ਸ਼ੁਰੂ ਹੋਇਆ ਸਾਈਕਲ ਦੇ ਉੱਤੇ ਪਹਿਲਾਂ ਸ਼ੁਰੂ ਅਸੀਂ ਕੀਤਾ ਸੀ ਅਨੰਦਪੁਰ ਸਾਹਿਬ ਤੋਂ ਹੋਲੇ ਮਹੱਲੇ ਵਾਸਤੇ ਮੱਥਾ ਟੇਕਣ ਅਸੀਂ ਗਏ ਸੀ ਅਤੇ ਉਸ ਤੋਂ ਬਾਅਦ ਦਰਬਾਰ ਸਾਹਿਬ ਗਏ ਫਿਰ ਡਲਹੌਜ਼ੀ ਅਸੀਂ ਪਹਾੜਾਂ ਦਾ ਥੋੜ੍ਹਾ ਜਿਹਾ ਕਿਉਂਕਿ ਪਹਾੜਾਂ ਨਾਲ ਲਗਾਇਆ ਕਾਫੀ ਅਤੇ ਸਾਡੇ ਮਨ 'ਚ ਸੀ ਵੀ ਅਸੀਂ ਲੱਦਾਖ ਜਾਣਾ ਸਾਈਕਲ 'ਤੇ ਅਤੇ ਅਸੀਂ ਡਲਹੌਜ਼ੀ ਤੱਕ ਜਾ ਕੇ ਵੇਖਿਆ ਵੀ ਸਰੀਰ ਕਿੰਨਾ ਕੁ ਜਿਹੜਾ ਦਬਾਅ ਬਰਦਾਸ਼ਤ ਕਰ ਸਕਦਾ ਫਿਰ ਉਸ ਤੋਂ ਬਾਅਦ 2017 ਦੇ ਵਿੱਚ ਜਿਹੜਾ ਸਾਡਾ ਡਰੀਮ ਰਾਈਡ ਸੀ ਇੱਕ ਤਰ੍ਹਾਂ ਦੀ ਸ਼੍ਰੀਨਗਰ ਤੋਂ ਲੇਹ ਅਤੇ ਲੇਹ ਤੋਂ ਮਨਾਲੀ ਜਿਹੜੀ ਲੇਹ ਤੋਂ ਮਨਾਲੀ ਉਹ ਸੈਕਿੰਡ ਹਾਈਐਸਟ ਰੋਡ ਆ ਦੁਨੀਆ ਦੇ ਵਿੱਚ ਅਤੇ ਉਹ ਅਸੀਂ ਕੀਤੀ ਬਹੁਤ ਸ਼ਾਨਦਾਰ ਰਿਹਾ ਉਹ ਅਤੇ ਬਹੁਤ ਯਾਦਗਾਰੀ ਵੀ ਰਿਹਾ ਤਾਂ ਹੁਣ ਤੁਸੀਂ ਅੱਗੇ ਕਿੱਥੇ ਜਾਣਾ ਹੈਗਾ ਭਾਰਤ ਦਾ ਜਿਹੜਾ ਨੌਰਥ ਈਸਟ ਵਾਲਾ ਚੜ੍ਹਦੇ ਪਾਸੇ ਵਾਲੇ ਹੁਣ 6-7 ਸਟੇਟਾਂ ਹੈਗੀਆਂ ਉਹ ਕਾਫੀ ਚਿਰ ਤੋਂ ਸਾਡੇ ਮਨ 'ਚ ਸੀਗਾ ਇਸ ਤੋਂ ਪਹਿਲਾਂ ਟ੍ਰੇਨ 'ਤੇ ਗਏ ਇੱਕ ਵਾਰੀ ਪਰ ਹੁਣ ਐਂ ਸੀ ਵੀ ਸਾਈਕਲ 'ਤੇ ਵੀ ਜਾਈਏ ਅਤੇ ਭਵਿੱਖ ਦੇ ਵਿੱਚ ਹੁਣ ਉੱਧਰ ਨੂੰ ਤਿਆਰੀ ਹੈਗੀ ਹੈ ਤਾਂ ਕਾਫੀ ਮਹਿੰਗਾ ਸ਼ੌਂਕ ਹੈਗਾ ਤੁਹਾਡਾ ਸਾਈਕਲ ਵੀ 1.5 ਲੱਖ ਰੁਪਏ ਦੇ ਕਰੀਬ ਹੈਗਾ ਨਹੀਂ ਮਹਿੰਗਾ ਤਾਂ ਨਹੀਂ ਸ਼ੌਂਕ ਆਈਫੋਨ ਨਾਲੋਂ ਸਸਤਾ ਇਹ ਉਨੇ ਕੁ ਦਾ ਯੋਗ ਹੁੰਦਾ ਅਤੇ ਬਹੁਤ ਸਾਰੇ ਮੇਰੇ ਮਿੱਤਰ ਨੇ ਜਿਹੜੇ ਸਾਲ ਬਾਅਦ ਆਈਫੋਨ ਅਪਡੇਟ ਕਰ ਦਿੰਦੇ ਆ ਇਹ ਮੈਨੂੰ 3 ਸਾਲ ਹੋ ਗਏ ਸਾਈਕਲ ਲੈ ਨੂੰ ਅਤੇ 3 ਸਾਲਾਂ ਦੇ ਵਿੱਚ 1 ਵੀ ਰੁਪਈਆ ਨਹੀਂ ਲੱਗਿਆ ਇਹਦੇ 'ਤੇ ਬਸ ਚਲਾਇਆ ਹੀ ਚਲਾਇਆ ਜਿਹੜਾ ਕੋਈ ਚਰਬੀ ਢਲ ਗਈ ਉਹ ਸਰੀਰ ਦੀ ਉਹੀ ਹੈ ਤਾਂ ਕਿਵੇਂ ਦੇਖਦੇ ਹੋ ਤੁਸੀਂ ਸਾਈਕਲ ਦੇ ਉੱਪਰ ਹੀ ਤੁਸੀਂ ਕਸ਼ਮੀਰ ਤੋਂ ਕੰਨਿਆਕੁਮਾਰੀ ਗਏ ਹੋ ਹੋਰ ਕਈ ਥਾਵਾਂ ਦੇ ਉੱਪਰ ਗਏ ਹੈਗੇ ਹੋ ਤਾਂ ਦਿੱਕਤ ਨਹੀਂ ਆਉਂਦੀ ਹੈਗੀ ਸਾਈਕਲ ਦੀ ਕਿਉਂਕਿ ਪਹਾੜ ਹੁੰਦੇ ਆ ਕਈ ਪਹਾੜ ਤਾਂ ਉੱਥੇ ਟੁੱਟੇ ਵੀ ਹੁੰਦੇ ਆ ਤਾਂ ਸਾਈਕਲ ਦੇ ਉੱਪਰ ਦਿੱਕਤ ਨਹੀਂ ਆਉਂਦੀ ਨਹੀਂ ਦਿੱਕਤ ਕੋਈ ਖਾਸ ਮਤਲਬ ਜਦੋਂ ਅਸੀਂ ਪਹਿਲਾਂ ਦਿਮਾਗੀ ਤੌਰ 'ਤੇ ਸਾਨੂੰ ਪਤਾ ਹੋਵੇ ਵੀ ਅਸੀਂ ਕੋਈ ਮੁਸ਼ਕਿਲ ਕੰਮ ਕਰਨਾ ਹੈ ਅਤੇ ਸਾਨੂੰ ਪਤਾ ਹੁੰਦਾ ਵੀ ਇਹਦੇ 'ਚ ਕੀ ਸਮੱਸਿਆਵਾਂ ਆਉਂਦੀਆਂ ਜੇ ਅਸੀਂ ਅਣਜਾਣੇ 'ਚ ਕਿਤੇ ਜਾਵਾਂਗੇ ਤਾਂ ਕਾਰ 'ਤੇ ਵੀ ਬਹੁਤ ਦਿੱਕਤਾਂ ਆਉਂਦੀਆਂ ਵੈਸੇ ਤਾਂ ਘਰੋਂ ਜਦੋਂ ਅਸੀਂ ਜਾਂਦੇ ਦਿੱਕਤਾਂ ਉਦੋਂ ਹੀ ਸ਼ੁਰੂ ਹੋ ਜਾਂਦੀਆਂ ਘਰ ਸਭ ਤੋਂ ਵਧੀਆ ਸਹੂਲਤ ਤਾਂ ਹੀ ਬਹੁਤੇ ਮਿੱਤਰ ਜਿਹੜੇ ਉਹ ਘਰ ਅਸੀਂ ਛੱਡ ਕੇ ਸੁੱਤੇ ਰਹਿੰਦੇ ਅਤੇ ਜਦੋਂ ਘਰੋਂ ਜਾਵਾਂਗੇ ਸਮੱਸਿਆਵਾਂ ਆਉਣੀਆਂ ਹੀ ਨੇ ਪਰ ਇਹੋ ਜਿਹੀ ਕਦੀ ਕੋਈ ਸਮੱਸਿਆ ਨਹੀਂ ਵੀ ਜਿਹਦੇ ਤੋਂ ਐਂ ਲੱਗਦਾ ਹੋਵੇ ਵੀ ਪੰਗਾ ਲੈ ਲਿਆ ਬਹੁਤ ਵਧੀਆ ਰਿਹਾ ਕੁੱਲ ਮਿਲਾ ਕੇ ਸਾਰਾ ਜਿਹੜਾ ਹਰ ਵੇਲੇ ਦਾ ਜਿੰਨੇ ਵੀ ਅਸੀਂ ਟੂਰ ਕੀਤੇ ਬਹੁਤ ਸ਼ਾਨਦਾਰ ਰਹੇ ਤਾਂ ਮਲੇਸ਼ੀਆ ਸ਼੍ਰੀਲੰਕਾ ਵੀ ਤੁਸੀਂ ਹੋ ਕੇ ਆਏ ਹਾਂਜੀ ਹਾਂ 10-8 ਕੁ ਦਿਨਾਂ ਦਾ ਸ਼੍ਰੀਲੰਕਾ ਦਾ ਟੂਰ ਕੀਤਾ ਸੀਗਾ ਸਾਈਕਲ 'ਤੇ ਜਦੋਂ ਅਸੀਂ ਕਸ਼ਮੀਰ ਤੋਂ ਕੰਨਿਆਕੁਮਾਰੀ ਗਏ ਉਦੋਂ
क्योंकि उतों ऐ लगता से भी नेड़े ही है तो मदुराई तो असी फ्लाइट ली कोलंबो की फिर 8 दिन असी श्रीलंका दे विच साइकलिंग की। इस तरह 2019 दे विच मलेशिया दे विच 10 दिन की साइकलिंग जी वो असी की सी ते उस तो बाद कोविड आ गया नहीं तो शायद कोई होर भी 2-4 कंट्री हो जाते हुण तक। ਕਿਵੇਂ ਦੇਖਦੇ ਹੋ ਕਿ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਜਿੱਥੇ ਲੋਕ ਮੋਟਰ ਵਹੀਕਲ ਕਾਰਾਂ ਦੇ ਉੱਪਰ ਜਾਂਦੇ ਹੈਗੇ ਆ ਦੂਰ ਦੂਰ, ਤੁਸੀਂ ਹੁਣ 2016 ਤੋਂ ਸਾਈਕਲ 'ਤੇ ਜਾਣਾ ਸ਼ੁਰੂ ਕੀਤਾ ਹੈਗਾ, ਸਾਡੇ ਨਾ ਕੁਛ ਖਾਸ ਕਰਕੇ ਪੰਜਾਬੀਆਂ ਦੇ ਸੁਭਾਅ 'ਚ ਕਾਹਲ ਬਹੁਤ ਹੈ ਵੀ ਸਾਨੂੰ ਹੁੰਦਾ ਵੀ ਕੰਮ ਸ਼ੁਰੂ ਕੀਤਾ ਅਤੇ ਨਿਬੇੜੀਏ ਨੂੰ, ਅਤੇ ਜਿਹੜਾ ਕਾਰ ਵਾਲਾ ਕੰਸੈਪਟ ਵੀ ਐਂ ਸੀਗਾ, ਪਰ ਸਾਈਕਲ 'ਤੇ ਜੋ ਅਸੀਂ ਵੇਖ ਸਕਦੇ ਹਾਂ ਜਿੰਨਾ ਅਸੀਂ ਟੂਰਿੰਗ ਕੀ ਹੈ, ਜਦੋਂ ਜੇ ਅਸੀਂ ਫਿਰੋਜ਼ਪੁਰ ਰਹਿੰਦੇ ਹਾਂ ਤਾਂ ਫਿਰੋਜ਼ਪੁਰ ਵੀ ਉਹੋ ਜਿਹਾ ਸ਼ਹਿਰ, ਲੁਧਿਆਣੇ ਦਾ ਮਾੜਾ ਮੋਟਾ ਫਰਕ ਹੈਗਾ, ਸ਼ਹਿਰ ਸਾਰੇ ਇੱਕੋ ਜਿਹੇ ਹੁੰਦੇ ਆ, ਹਾਈਵੇ ਵੀ ਸਾਰੇ ਇੱਕੋ ਜਿਹੇ ਹੁੰਦੇ ਆ। ਜਦੋਂ ਅਸੀਂ ਸਾਈਕਲ 'ਤੇ ਜਾਂਦੇ ਹਾਂ ਤਾਂ ਬਹੁਤ ਹੌਲੀ ਜਾਣਾ ਪੈਂਦਾ, ਹੌਲੀ ਜਾਂਦੇ ਹਾਂ ਤਾਂ ਫਿਰ ਪਿੰਡਾਂ ਦੇ ਵਿੱਚ ਰੁਕਦੇ ਹਾਂ, ਕਾਫੀ ਲੋਕਲ ਲੋਕਾਂ ਨੂੰ ਮਿਲਦੇ ਹਾਂ, ਉਹਦੇ ਨਾਲ ਅਸਲ 'ਚ ਸਾਨੂੰ ਅੱਡ ਅੱਡ ਥਾਵਾਂ ਦਾ ਸੱਭਿਆਚਾਰ ਉੱਥੋਂ ਹੀ ਪਤਾ ਲੱਗਦਾ ਵੀ ਕਿਹੋ ਜਿਹਾ, ਅਤੇ ਇਹਦੇ ਨਾਲ ਇੱਕ ਜਿਹੜੀ ਕਾਹਲ ਆ ਸਾਡੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਆ ਗਈ, ਉਹਦੇ 'ਚੋਂ ਵੀ ਮਦਦ ਮਿਲਦੀ ਹੈ ਵੀ ਸਾਡਾ ਥੋੜ੍ਹਾ ਜਿਹਾ ਇਹਦੇ ਨਾਲ ਠਰਮਾ ਅਤੇ ਸਹਿਜ ਜਿਹੜਾ ਹੈ ਉਹ ਆਉਂਦਾ ਹੈ। ਅਤੇ ਇਸ ਕਰਕੇ ਸਾਈਕਲਿੰਗ ਜਦੋਂ ਅਸੀਂ ਸਾਈਕਲ ਟੂਰਿੰਗ ਸ਼ੁਰੂ ਕੀਤੀ ਤਾਂ ਪੰਜਾਬ ਦੇ ਵਿੱਚ ਕੋਈ ਟਾਵਾਂ ਟੱਲਾ ਬੰਦਾ ਸੀ ਜਿਹੜਾ ਸਾਈਕਲ 'ਤੇ ਘੁੰਮਣ ਜਾਂਦਾ ਸੀ, ਬਹੁਤ ਥੋੜ੍ਹੇ ਨੇ ਉਂਗਲਾਂ 'ਤੇ ਗਿਣਨ ਜੋਗੇ ਨਾਂ ਨੇ। ਹੁਣ ਸਾਨੂੰ ਮਾਣ ਹੈ ਵੀ ਕਾਫੀ ਸਾਰੇ ਸਾਡੇ ਮਿੱਤਰ ਜਿਹੜੇ ਨੇ ਹੁਣ ਉਸ ਤੋਂ ਬਾਅਦ ਜਿਹੜੇ ਉਹ ਸ਼ੁਰੂ ਹੋਏ ਨੇ। ਤਾਂ ਕਿਵੇਂ ਦੇਖਦੇ ਹੈ ਕਿਉਂਕਿ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਜਿਹੜਾ ਕਿ ਸਾਈਕਲਿੰਗ ਕਰਨ ਤਾਂ ਕਿ ਤੰਦਰੁਸਤ ਰਹਿਣ? ਮੈਸੇਜ ਜਿਹੜਾ ਹੈ ਉਹ ਤਾਂ ਸਭ ਤੋਂ ਵੱਡੀ ਗੱਲ ਹੈ ਵੀ ਸਾਡੀ ਸਿਹਤ ਜਿਹੜੀ ਹੈ ਉਹ ਸਭ ਤੋਂ ਉੱਤੇ ਹੈ, ਸਾਡਾ ਕੋਈ ਵੀ ਚੀਜ਼, ਸਾਡਾ ਪੈਸਾ ਧੇਲਾ, ਸਾਡੇ ਰਿਸ਼ਤੇਦਾਰ, ਸਾਡਾ ਹੋਰ ਸਾਰੇ ਸਾਧਨ ਤਾਂ ਹੀ ਨੇ ਜੇ ਸਾਡੀ ਸਿਹਤ ਚੰਗੀ ਹੈ। ਤਾਂ ਕੁਦਰਤੀ ਇਹਦੇ ਵਾਸਤੇ ਜਿਹੜਾ ਸਾਈਕਲ ਹੈ ਇਹਦੇ 'ਚ ਦੋ ਇੱਕ ਪੰਥ ਦੋ ਕਾਜ ਹੋ ਜਾਂਦੇ ਆ ਵੀ ਅਸੀਂ ਘੁੰਮ ਫਿਰ ਵੀ ਲੈਂਦੇ ਹਾਂ ਅਤੇ ਸਾਡੀ ਸਿਹਤ ਵੀ ਫਿੱਟ ਰਹਿੰਦੀ ਹੈ। ਤਾਂ ਕਿੱਦਾਂ ਦੇਖਦੇ ਹੋ ਤੁਸੀਂ, ਪਹਿਲੇ ਫੋਰਸ ਦੇ ਵਿੱਚ ਸੀਗੇ, ਕੋਈ ਹਾਦਸਾ ਹੋ ਗਿਆ, ਉਸ ਤੋਂ ਬਾਅਦ ਤੁਹਾਡੀ ਰਿਟਾਇਰਮੈਂਟ ਹੋ ਗਈ, ਬਾਅਦ ਟੀਚਿੰਗ ਟੀਚਿੰਗ ਕਿੰਨੇ ਸਾਲ ਹੋ ਗਏ? ਟੀਚਿੰਗ 16 ਸਾਲ ਹੋ ਗਏ ਜੀ। ਅਤੇ ਬਹੁਤ ਵਧੀਆ ਹੈ, ਬਸ ਜਿਵੇਂ ਗੱਲ ਤਾਂ ਦਾਣੇ ਪਾਣੀ ਦੀ ਹੈ ਵੀ ਜਿੰਨਾ ਕੁ ਉੱਥੇ ਸੀ ਉੱਥੇ ਛੱਕ ਲਿਆ, ਬਾਕੀ ਹੁਣ ਇੱਥੇ ਛਕੀ ਜਾਂਦੇ, ਜਿੱਥੇ ਜਿੱਥੇ ਗਾਂਹ ਕਿਤੇ ਹੈਗਾ ਘੁੰਮਦੇ ਫਿਰਦੇ ਉੱਥੇ ਛਕੀ ਜਾਂਦੇ ਨਾਲ ਜੀ। ਤਾਂ ਬਿਲਕੁਲ ਸਾਡੇ ਨਾਲ ਸਰ ਜੀ ਕੋਈ ਮੌਜੂਦ ਨੇ, ਗੱਲਬਾਤ ਕਰਦੇ ਹੈਗੇ ਹਾਂ। ਤੁਸੀਂ ਕਿੱਦਾਂ ਦੇਖਦੇ ਹੈਗੇ ਹੋ ਕਿ ਆਪਣੇ ਫਿਰੋਜ਼ਪੁਰ ਦੀ ਸ਼ਾਨ ਹੈਗੀ ਆ, ਨਿਰਮਲ ਸਿੰਘ ਜੀ ਐਡੀ ਦੂਰ ਗਏ ਹੈਗੇ ਨੇ ਸਾਈਕਲ ਦੇ ਉੱਪਰ? ਬੜੀ ਮਾਣ ਮਹਿਸੂਸ ਹੁੰਦਾ ਜੀ ਜਦੋਂ ਸਰਦਾਰ ਨਿਰਮਲ ਸਿੰਘ ਹੋਣਾਂ ਦੀ ਕਿਤੇ ਵੀ ਗੱਲ ਹੁੰਦੀ। ਪਿਛਲੇ ਦਿਨ ਹੀ ਮੇਰੇ ਨਾਲ ਸਰਦਾਰ ਰਣਜੀਤ ਸਿੰਘ ਜੀ ਹੋਣੀ ਬੈਠੇ ਆ, ਪਿਛਲੇ ਹਫ਼ਤੇ ਇਹਨਾਂ ਇੱਕ ਸਾਈਕਲ ਉਹਨੂੰ ਕਰੀਬ 65 ਤੋਂ 70 ਹਜ਼ਾਰ ਰੁਪਏ ਕੀਮਤ ਦਾ ਸਾਈਕਲ ਲੈ ਕੇ ਦਿੱਤਾ। ਜਦੋਂ ਅਸੀਂ ਕਿਤੇ ਜਾਂਦੇ ਹਾਂ, ਲੁਧਿਆਣਾ ਸ਼ਹਿਰ ਚੱਲ ਜਾਈਏ, ਅੰਮ੍ਰਿਤਸਰ ਚੱਲ ਜਾਈਏ, ਜਿੱਥੇ ਜਦੋਂ ਸਾਈਕਲਿੰਗ ਦਾ ਨਾਂ ਆਉਂਦਾ, ਜਦੋਂ ਸਾਈਕਲ ਦੀ ਗੱਲ ਹੁੰਦੀ ਅਸੀਂ ਕਹਿੰਦੇ ਹਾਂ ਜੀ ਅਸੀਂ ਫਿਰੋਜ਼ਪੁਰ ਤੋਂ, ਉਹ ਫਿਰੋਜ਼ਪੁਰ ਦੇ ਸਰਦਾਰ ਨਿਰਮਲ ਸਿੰਘ ਹੋਣੀ ਮਾਸਟਰ ਜੀ ਬਹੁਤ ਕੰਨਿਆਕੁਮਾਰੀ, ਗੁਜਰਾਤ ਔਰ ਸ਼੍ਰੀਲੰਕਾ, ਮਲੇਸ਼ੀਆ ਸਾਰੇ ਕਿਤੇ ਇਹ ਗੱਲ ਪਹੁੰਚੀ ਆ ਵੀ ਮਤਲਬ ਉਹ ਸਾਈਕਲਿੰਗ ਕੀਤੀ ਉਹਨਾਂ ਆਪਦੇ ਸਮੇਂ ਦੇ ਵਿੱਚ, ਛੁੱਟੀਆਂ ਵਿੱਚ ਕਿੱਦਾਂ, ਜਿਵੇਂ ਅੱਗੇ ਗੱਲ ਕਰਦੇ ਹਾਂ ਭੱਜ ਦੌੜ ਦੀ ਜ਼ਿੰਦਗੀ ਵਿੱਚ ਸਹਿਜ ਦੇ ਨਾਲ ਸਹਿਜਤਾ ਦੇ ਨਾਲ ਸਾਰਾ ਕੁਝ ਕਰਦੇ ਆ, ਬਹੁਤ ਮਾਣ ਮਹਿਸੂਸ ਹੁੰਦਾ ਜੀ। ਕਿਵੇਂ ਦੇਖਦੇ ਹੋ ਸਰ ਤੁਸੀਂ ਕਿ ਅੱਜ ਦੀ ਭੱਜ ਦੌੜ ਦੀ ਦੁਨੀਆ ਦੇ ਵਿੱਚ ਨਿਰਮਲ ਸਿੰਘ ਜੀ ਅਤੇ ਨਾਲ ਇਹਨਾਂ ਦੇ ਵਰਗੇ ਹੋਰ ਵੀ ਕਈ ਨੌਜਵਾਨ ਜਿਹੜੇ ਆ ਉਹ ਜਾ ਰਹੇ ਆ? ਬਿਲਕੁਲ ਜੀ, ਬਹੁਤ ਵਧੀਆ ਲੱਗਦਾ ਹੈ। ਮੈਂ ਇੱਥੇ ਇੱਕੋ ਹੀ ਗੱਲ ਕਰਾਂਗਾ ਕਿ ਅੱਜ ਸਾਡੀ, ਜਿਵੇਂ ਨਿਰਮਲ ਵੀਰ ਜੀ ਨੇ ਹੁਣੇ ਗੱਲ ਕੀਤੀ ਹੈ ਕਿ ਅੱਜ ਦੀ ਭੱਜ ਦੌੜ ਦੇ ਵਿੱਚ ਜਿਹੜਾ ਨਾ ਇਨਸਾਨ ਜਿਹੜਾ ਉਹ ਬਸ ਕਹਿ ਲਓ ਵੀ ਰੁਲਿਆ ਪਿਆ, ਔਰ ਉਹ ਉੱਥੋਂ ਜਿਹੜਾ ਕਹਿ ਲਓ ਵੀ ਮੈਂ ਤਾਂ ਇਹੀ ਸਮਝਦਾ ਵੀ ਅਸੀਂ ਤਾਂ ਨਿਰਮਲ ਸਿੰਘ ਵੀਰ ਨੂੰ ਦੇਖ ਕੇ ਜਿਹੜਾ ਹੈਗਾ ਇਸ ਰਾਹ 'ਤੇ ਪਏ ਹੈਗੇ ਹਾਂ, ਅਤੇ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਜਿਹੜਾ ਇਹਨਾਂ ਵਾਂਗੂ ਜਿਹੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਟੂਰਿੰਗ ਜਿਹੜੀ ਇਹ ਵੱਧ ਤੋਂ ਵੱਧ ਵੱਖ ਵੱਖ ਥਾਵਾਂ 'ਤੇ ਜਿਹੜੀ ਉਹ ਸਾਈਕਲਿੰਗ ਦੀ ਅਸੀਂ ਕਰ ਪਾਈਏ। ਅਤੇ ਮੈਂ ਸਮਝਦਾ ਵੀ ਕਿਸੇ ਨੂੰ ਚੰਗੇ ਪਾਸੇ ਲਾਉਣਾ ਜਿਹੜਾ ਉਹ ਬੜੀ ਵੱਡੀ ਵਡਿਆਈ ਵਾਲੀ ਗੱਲ ਹੈ, ਅਤੇ ਇਸ ਵੀਰ ਨੇ ਸਾਨੂੰ ਇਸ ਪਾਸੇ ਲਾਇਆ, ਕਿਉਂਕਿ ਅਸੀਂ ਤਾਂ ਇਹਦੇ ਤੋਂ ਹੀ ਜਿਹੜਾ ਪ੍ਰਭਾਵਿਤ ਹੋ ਕੇ, ਸਰਦਾਰ ਨਿਰਮਲ ਸਿੰਘ ਜੀ ਤੋਂ ਪ੍ਰਭਾਵਿਤ ਹੋ ਕੇ ਹੀ ਅਸੀਂ ਜਿਹੜਾ ਉਹ ਸਾਈਕਲ ਵਾਲੇ ਪਾਸੇ ਧਿਆਨ ਹੋਇਆ, ਮਤਲਬ ਜਿੰਨਾ ਵੀ ਕਰ ਪਾ ਰਹੇ ਹਾਂ, ਥੋੜ੍ਹੇ ਤੋਂ ਲੈ ਕੇ ਜ਼ਿਆਦਾ ਤੱਕ ਜਿੰਨਾ ਵੀ ਕਰ ਪਾ ਰਹੇ ਹਾਂ, ਇਹ ਨਿਰਮਲ ਵੀਰ ਦੀ ਪ੍ਰੇਰਨਾ ਦੇ ਸਦਕਾ ਹੀ ਅਸੀਂ ਜਿਹੜਾ ਉਹ ਕਰ ਪਾ ਰਹੇ ਹਾਂ। ਤਾਂ ਬਿਲਕੁਲ ਨਿਰਮਲ ਸਿੰਘ ਸਾਡੇ ਨਾਲ ਨੇ, ਅਤੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈਗੀ ਹੈ, ਵਧੀਆ ਵੀ ਲੱਗਾ ਹੈਗਾ ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਤਾਂ ਇਹਨਾਂ ਨੇ ਸ਼ੌਂਕ ਕਰਕੇ ਜਿਹੜਾ ਸਾਈਕਲ ਸ਼ੁਰੂ ਕੀਤਾ ਹੈਗਾ ਸੀਗਾ, ਤਾਂ ਅੱਜ ਦੁਨੀਆ ਦੀ ਸੈਰ ਜੇ ਅਸੀਂ ਗੱਲ ਕਰੀਏ ਤਾਂ ਦੁਨੀਆ ਦੀ ਸੈਰ ਸਾਈਕਲ ਦੇ ਉੱਪਰ ਕਰਦੇ ਹੋਏ ਨਜ਼ਰ ਆ ਰਹੇ ਹੈਗੇ ਆ। ਤਾਂ ਹੁਣ ਅੱਗੇ ਦੇ ਵੀ ਇਹਨਾਂ ਦੇ ਪ੍ਰੋਗਰਾਮ ਹੈਗੇ ਨੇ, ਤਾਂ ਹੋਰ ਵੀ ਲੋਕਾਂ ਨੂੰ ਇਹਨਾਂ ਨੂੰ ਦੇਖਣਾ ਚਾਹੀਦਾ, ਸਿਰ ਲੈਣੀ ਚਾਹੀਦੀ ਹੈਗੀ ਹੈ ਕਿ ਸਾਈਕਲਿਸਟ ਬਣ ਚੁੱਕੇ ਆ ਨਿਰਮਲ ਸਿੰਘ, ਜਿੱਥੇ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ, ਮਲੇਸ਼ੀਆ, ਸ਼੍ਰੀਲੰਕਾ ਅਤੇ ਹੋਰ ਕਈ ਟੂਰ ਜਿਹੜੇ ਲਗਾਏ ਆ ਅਤੇ ਹੋਰ ਅੱਗੇ ਲਗਾਉਣ ਵੀ ਵਾਲੇ ਹੈਗੇ ਨੇ, ਤਾਂ ਸਾਈਕਲ ਦੇ ਉੱਪਰ ਜਾਂਦੇ ਆ ਕਈ ਮੁਸ਼ਕਲਾਂ ਵੀ ਆਉਂਦੀਆਂ ਹੈਗੀਆਂ, ਤਾਂ ਪੰਜਾਬੀ ਸੱਭਿਆਚਾਰ ਵੀ ਲੋਕਾਂ ਤੱਕ ਪਹੁੰਚਦੀ ਹੈਗੀ ਹੈ, ਤਾਂ ਪੰਜਾਬੀਆਂ ਦਾ ਡੰਕਾ ਬਾਹਰ ਵੀ ਵੱਜਦਾ ਹੈਗਾ, ਇਹ ਨਿਰਮਲ ਸਿੰਘ ਹੋਰਾਂ ਨੇ ਸਾਬਤ ਕੀਤਾ ਹੈਗਾ। ਕੈਮਰਾ ਪਰਸਨ
रोहित दे नाल सनी चोपड़ा, स्क्रोल पंजाब, फिरोजपुर। देश दुनिया दीयां खबरां सब तो पहला जानन दे लई लाइक सबसक्राइब ते फॉलो करो स्क्रोल पंजाब।